ਵਿਆਹ ਦੋ ਜਣਿਆਂ ਦਾ ਨਹੀਂ, ਦੋ ਪਰਿਵਾਰਾਂ ਦਾ ਮੇਲ ਹੁੰਦਾ। ਤੇ ਜਿੱਥੇ ਦੋ ਪਰਿਵਾਰਾਂ ਦਾ ਕੋਈ ਮੇਲ ਨਹੀਂ, ਉੱਥੇ ਪਿਆਰ ਕਰਨ ਵਾਲਿਆਂ ਨੂੰ ਵੀ ਕੋਈ ਹੱਕ ਨਹੀਂ। ਤਰਲੋਚਨ ਭੁੱਲਰ ਨੇ ਤੇਰਾ ਇਹੋ ਜਿਹੇ ਘਰੇ ਰਿਸ਼ਤਾ ਜੋੜਿਆ ਹੈ ਕਿ ਠਾ ਠਾ ਮਿਲਣੀਆਂ ਹੋਣੀਆਂ ਨੇ। ਚੱਕ ਭੂਆ, ਚੱਕ ਮਾਸੀ, ਚੱਕ ਤਾਈ, ਲੋਕਾਂ ਨੇ ਕਿਹੜਾ ਜਨਾਨੀਆਂ ਚਕਾਈਆਂ ਨੇ, ਕੋਈ ਬੰਦਾ ਵੀ ਚਕਾ ਲਓ। ਮੈਂ ਵਿਆਹ ਨਹੀਂ ਕਰਾਉਣਾ। ਦੇਖ ਪੁੱਤ, ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਹੋਵੇ, ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਹੋਵੇ, ਤਾਂ ਉਹਨੂੰ ਆਪਣਿਆਂ ਨਾਲ ਸਲਾਹ ਮਸ਼ਵਰਾ ਕਰ ਲੈਣਾ ਚਾਹੀਦਾ। ਮਾਮਾ, ਮੇਰਾ ਲਵ ਅਫੇਅਰ ਚੱਲਦਾ ਹੈ। ਇਹ ਲੱਭੇ ਫੇਰ ਕੀ ਹੁੰਦਾ ਓਏ? ਕਾਟੀ ਕੁੜੀ ਦਾ ਓਏ, ਸਾਡੇ ਖਾਨਦਾਨ 'ਚ ਵੀ ਕਿਸੇ ਨੇ ਲੱਭੂ ਫੇਰ ਕੀਤਾ, ਮਤਲਬ ਗਾਦੀ ਪਾਈ ਆ, ਕਮਾਲ ਕਰ ਛੱਡੀ ਆ। ਤੈਨੂੰ ਦਿਲ ਦੀ ਕੋਈ ਨੇ ਬਣਾਉਣਾ ਵੀ ਤਾਂ ਯੋ ਜੱਟ ਫੋਲੋ ਕਰਦਾ। ਹੋਰ ਤੁਹਾਡੀ ਫੈਮਿਲੀ 'ਚ ਕੌਣ ਕੌਣ? ਜੱਟ ਕੱਲਾ ਹੀ ਸ਼ੇਰ ਹੈ। ਮੈਂ ਜਦੋਂ ਨਿੱਕਾ ਹੁੰਦਾ ਸੀ ਨਾ, ਮੈਂ ਬਾਲਾ ਹੀ ਸ਼ਰਾਰਤੀ ਸੀ। ਉਹ ਬੇਬੇ ਬਾਪੂ ਬਸ ਮੈਨੂੰ ਹੀ ਸਾਂਭਣ 'ਚ ਲੱਗੇ ਰਹੇ, ਫਿਰ ਤੁਹਾਨੂੰ ਪਤਾ ਹੀ ਹੈ ਜੀ। ਪਿੰਡਾਂ ਵਾਲਿਆਂ ਨੂੰ ਲੇਟ ਖਾਣ ਦੀ ਆਦਤ ਨਹੀਂ ਹੁੰਦੀ। ਯਾਰੀ ਬੰਦੇ ਨੇ, ਇਹ ਰੋਟੀ ਛੋਟੀ ਦੇਰ ਨਾਲ ਖਾਂਦੇ ਹੁੰਦੇ ਆ। ਕੁੜੀ ਤਾਂ ਨਿਰੀ ਪਰੀ ਹੈ। ਸਾਡਾ ਮੁੰਡਾ ਕਿਹੜਾ ਕਿਸੇ ਪਰੀ ਤੋਂ ਘੱਟ ਹੈ ਜੀ। ਇੱਕ ਬਹੁਤ ਜ਼ਰੂਰੀ ਗੱਲ ਤਾਂ ਭੁੱਲ ਹੀ ਗਏ। ਉਹ ਕੀ ਹੋ ਗਿਆ? ਆਪਾਂ ਨੇ ਇਹਨਾਂ ਨੂੰ ਸਲਾਮੀ ਤਾਂ ਦਿੱਤੀ ਨਹੀਂ। ਇੱਕ, ਦੋ, ਡਿੰਕ ਚਿੱਕੀ, ਡਿੰਕ ਚਿੱਕੀ, ਹਰਰਾ। ਉਹਨਾਂ ਦੀ ਫੈਮਿਲੀ ਤੇ ਸਾਡੀ ਫੈਮਿਲੀ ਦਾ ਕੋਈ ਮੇਲ ਹੈ? ਰਹਿਣ ਸਹਿਣ, ਖਾਣ ਪੀਣ, ਬੋਲ ਚਾਲ, ਉਹ ਕੋਈ ਤਾਂ ਮੇਲ ਹੋਵੇ। ਜੇ ਮੇਰੀ ਧੀ ਦਾ ਵਿਆਹ ਇੱਥੇ ਨਹੀਂ ਹੋਇਆ, ਮੈਂ ਕਿਸੇ ਦੀ ਵੀ ਧੀ ਦਾ ਵਿਆਹ ਇੱਥੇ ਨਹੀਂ ਹੋਣ ਦਊਂਗਾ। ਬਸ ਤੇਰੇ ਸਮੇਤ ਮੈਂ ਇੱਥੋਂ ਇੱਕ ਵੀ ਜਿਉਂਦਾ ਨਹੀਂ ਜਾਣ ਦੇਣਾ। ਪਲੀਜ਼ ਸਟਾਪ ਦ ਵਾਇਲੈਂਸ। ਆਹ ਪੰਜਾਬੀ ਚ ਗੱਲ ਕਰ। ਮੈਨੂੰ ਸ਼ਰਮਾ ਗੁੱਸੇ ਚ ਲੱਗਦਾ। ਨਹੀਂ ਹੋਰ ਤੁਹਾਨੂੰ ਜੱਫੀਆਂ ਪਾਉਣਗੇ ਬਾਪੂ ਜੀ। ਜਿਹੜੇ ਬੰਦੇ ਨੂੰ ਆਪਣੇ ਗੁੱਸੇ ਤੇ ਕਾਬੂ ਨਾ ਹੋਵੇ, ਇਹੋ ਜਿਹਾ ਨਾਲ ਤਾਂ ਕੋਈ ਪਾਗਲ ਹੀ ਰਿਸ਼ਤਾ ਜੋੜੂਗਾ। ਤੂੰ ਮੈਨੂੰ ਦੱਸ ਮੈਂ ਕੀ ਕਰਾਂ ਭਰਾ? ਹੁਣ ਤੁਸੀਂ ਕੁਛ ਨਹੀਂ ਕਰਨਾ ਬਾਪੂ ਜੀ। ਤੈਨੂੰ ਇੱਕ ਸੱਚੀ ਗੱਲ ਦੱਸਾਂ, ਸ਼ਰਮਿਆਂ ਤੇ ਸੰਧੂਆਂ ਦਾ ਸਿਰਫ ਸੱਸਾ ਹੀ ਮਿਲਦਾ ਹੈ। They are not normal people. They are all crazy people.